माँ के दर्शन चावल दाखा काजू बदाम कि कहना है। मैं कहना जी कलंबर प्रसाद, मैं कहना सिर ही लग गया, सिर ही लग गया। उम्मीद करते हैं सारे ठीक ठाक होवोंगे। सो अज आपां पहुंचे आ कित्थे पहुंचे आ आपां जलंधर। सो अज आपां पहुंचे आ जलंधर, सवेर का ब्लॉग नहीं हो पाया तां आपां जलंधर तो स्टार्ट किया है। पिंड तो अपने लौंगोवाल तो जलंधर 190 किलोमीटर पै गया, 190 किलोमीटर पै गया। आपां जलंधर तो 25 किलोमीटर अगे गए सी। सो इत्थे आपां नूं कोई काम सी तां नाल लाडी, मैं तां इक भरा अपना की नाम है सिकंदर। काफी बदलाव होए तां मूहरे सानूं मौसम दे विच बदलाव देखण नूं मिलू। इत्थे धुप्पा पूरी देख सकदे मूहरे, पूरा नेरी वाला माहौल होया पिया। जलंधर दे विच एंटर कीता आपां, किवें इक लंबर माहौल है, इक लंबर माहौल है। लंबर के नंबर लंबर एक लंबर माहौल एक नंबर है। मित्रों देखो अंबाला 175 किलोमीटर है इतो, लुधियाना किन्ना कई जी इतो इना नहीं घट है, जलंधर तो बस 60-65-70 किलोमीटर होगा क्योंकि आप बोर्ड देखे नहीं, बोर्ड तो लिखा भी नहीं हुआ सी। बाकी ये देख सकते हो। हाँ लाडी की कहेगा? मैं तो कहना चाहना भी वधिया गल है। अज का सफर किवें रहा? बहुत मतलब ठीक जहा लगे यार भी जलंधर लंघे नहीं है लंघन वाले ही है। जलंधर जलंधर शहर के आप 3:50 दे देखते हैं भी पिंड किन्ने बजे पहुंचा गे। सो दिल्ली अंबाला जलंधर जलंधर साइड ते रह गया ये बाईपास जांदा, बार बार दी रोड लंघ गया। जो आपां नूं पानी दित्ता उन्होंने मोटर तो हां नहीं अपने पहला आउंदी सी, पहला जी देखदे हुंदे सी आपां वी यार ना गर्मी जाण लग जांदी सी क्लास नूं, जिवें आपणे तों भर के देख ली पानी हुण आपणे गर्मी जी ते नहीं आउंदी ऐ ओवें जिवें आपां फ्रिज वाले पानी पाउंदा। हां ओ जी सेम जी। हां सी बोर दा पानी सी जम्मा ठंडा, 300 ते कहिंदा सी ना सरपंच, 300 ते बोर लग्या होया सी ठंडा पानी पीण वाला, जिवें अपने पहला बोरां दा पानी हुंदा सी ਉਵੇਂ ਪਾਣੀ ਸੀ, ਬਹੁਤ ਘੈਂਟ ਪਾਣੀ ਸੀ, ਨਜ਼ਾਰੇਦਾਰ ਪਾਣੀ ਪੀਣ ਵਾਲਾ ਸੀ। ਬਾਕੀ ਤੁਹਾਨੂੰ ਦਿਖਾਉਂਦੇ ਆ ਬਹੁਤ ਘੈਂਟ ਬਣਿਆ ਹੋਇਆ ਪੁਲ ਜਿੱਥੇ ਆਪਾਂ ਜਾ ਰਹੇ ਹਾਂ। ਦੇਖੋ ਕਿੰਨੀ ਘੈਂਟ ਚਿੱਤਰਕਾਰੀ ਮੀਨਾ ਕਰ ਕੀਤੀ ਹੈ, ਰੰਗ ਕਰਕੇ ਬਹੁਤ ਸੋਹਣੇ ਬਣਾਏ ਗਏ ਨੇ। ਲੋਹੇ ਦੇ ਗੇਟ ਲੱਗੇ ਹੋਏ ਨੇ ਆਲੇ ਦੁਆਲੇ, ਐਵੇਂ ਕਈ ਵਾਰ ਗੱਡੀ ਤੇਜ਼ ਆਉਂਦੀ ਹੈ ਨਾ, ਕਈ ਵਾਰ ਖਰਾਬ ਹੋ ਜਾਂਦੀ ਹੈ ਬੈਠੀ, ਤਾਂ ਕਰਕੇ ਲਾਏ ਹੋਏ ਨੇ ਸਪੋਰਟ ਤੋਂ, ਤਾਂ ਇਹਨਾਂ ਦੀ ਬਹੁਤ ਹੈਲਪ ਹੋ ਜਾਂਦੀ ਹੈ। ਜਦੋਂ ਰੋਡ ਦੀ ਕਮਾਲ ਕਰੀ ਵੀ ਆ, ਰੋਡ ਬਹੁਤ ਸ਼ਾਨਦਾਰ ਨੇ ਆਪਣੇ ਬੜਬਰ ਵਾਲੇ ਰੋਡ ਨੂੰ, ਇਹ ਥੋੜ੍ਹਾ ਜਿਹਾ ਰੋਡ ਖੁੱਲ੍ਹਾ। ਦਿੱਲੀ 360 ਕਿਲੋਮੀਟਰ, ਲੁਧਿਆਣਾ 53 ਕਿਲੋਮੀਟਰ ਹੈਗਾ ਹੈ ਨਾ ਯਾਰ। ਪਹਿਲਾਂ ਮੇਰੇ ਹੁਣ ਯਾਦ ਆਇਆ, ਤੁਸੀਂ ਤਾਂ ਯਾਦ ਕਰਾਉਂਦੇ ਮੇਰੇ ਯਾਰ। ਯਾਦ ਤੇਰੇ ਸੀ ਕੀ ਕਰਾਉਣਾ ਸੀ? ਹਾਂ ਤੂੰ ਯਾਦ ਤਾਂ ਕਰਾਉਣਾ ਦੀ, ਮੈਂ ਉੱਥੇ ਗੱਲ ਕਰੀ ਸੀ, ਮੈਂ ਮੁੜ ਕੇ ਫਿਰ ਭੁੱਲ ਗਿਆ। ਨਕੋਦਰ ਇੱਥੋਂ ਕਿੰਨਾ ਕੁ ਪੈ ਜਾਊਗਾ? ਇੱਥੇ ਦੂਰ ਪੈ ਜਾਊਗਾ ਨਾ, ਇੱਥੇ ਤਾਂ ਮੈਂ ਕਹਿੰਦਾ ਪਰ ਦੇਖ ਵੀ ਲੈਣੇ ਬਾਕੀ ਪਹਿਲਾਂ। ਉਹ ਦੇਖੋ ਸਾਈਨ ਲੱਗੇ ਹੋਏ ਨੇ ਸਾਰੇ, ਉਹ ਸੀ ਨਕੋਦਰ, ਪਹਿਲਾਂ ਨਕੋਦਰ ਉਹ ਜਾਂਦਾ ਨਕੋਦਰ ਨੂੰ ਸੜਕ ਉਹਦੇ ਯਾਰ, ਤੂੰ ਪਹਿਲਾਂ ਚੈੱਕ ਕਰ ਹੈ ਆ ਦੇ ਇੱਧਰ ਰਹਿਆ ਹੋਇਆ। ਹਾਂ ਨਕੋਦਰ ਜਲੰਧਰ ਘੰਟ ਬਸ ਆਪਾਂ ਜਲੰਧਰ ਦੇ ਬਾਹਰਲੀ ਸਾਈਡ ਹੀ ਆਇਆ ਜੇ। ਹੁਣ ਫਿਰ ਮੈਨੂੰ ਆਇਆ ਦੱਸੋ ਹੁਣ ਕਰਨਾ ਕਿਵੇਂ ਆ? ਆਵੇਂ ਹਵੇਲੀ ਦੇਖੋ ਹੈ ਇੱਧਰ ਜਾਊਗੀ। ਲੈ ਵੀ ਨਕੋਦਰ ਦਾ ਪ੍ਰੋਗਰਾਮ ਬਣ ਗਿਆ ਹੁਣ, ਕਹਿੰਦੇ ਨਕੋਦਰ ਮੱਥਾ ਟੇਕ ਕੇ ਆਉਣਾ ਤਾਂ ਹਵੇਲੀ ਦਿਖਾਉਣਾ ਤੁਹਾਨੂੰ ਕਿੰਨੀ ਸ਼ਾਨਦਾਰ ਬਣੀ ਹੋਈ ਹੈ। ਦੇਖੋ ਬਹੁਤ ਸੋਹਣਾ ਗੇਟ ਆ, ਚਾਰ ਸਵੇਰੋਂ ਪੂਰੀ ਘੈਂਟ ਗੱਲਬਾਤ ਬਣੀ ਹੋਈ ਹੈ। ਦੇਖੋ ਲੋਕੇਸ਼ਨ ਹੀ ਬਹੁਤ ਤਕੜੀ ਹੈ ਵਿੱਚੋਂ ਤਾਂ ਇਹਦੀ ਓਏ। ਦੇਖੋ ਤਾਂ ਇਧਰਲੀ ਸਾਈਡ ਇੱਕ ਉਹ ਮਹਿਲ ਜਿਹਾ ਵੀ ਬਣਿਆ ਹੋਇਆ, ਉਹ ਵੀ ਬਣੀ ਜਾਂਦਾ ਹਜੇ, ਉਹ ਵੀ ਬਹੁਤ ਸੋਹਣਾ ਬਣਾਉਣਗੇ। ਚੱਲ ਵੀ ਨਕੋਦਰ ਨੂੰ ਪਾ ਦੇ ਚੜਕੋਣ, ਪਹਿਲਾਂ ਭੁੱਲ ਕੇ ਬਾਹਰ ਦੀ ਸਾਈਡ ਉਹ ਵੀ ਸਾਈਡ ਹੈ 32 ਕਿਲੋਮੀਟਰ, ਫਿਰ ਉਧਰ ਵੀ ਇੰਨੀ ਪੈਂਦਾ ਆਪਾਂ ਜਲੰਧਰ ਤੋਂ, ਜੇ ਆਪਾਂ ਦੂਜੀ ਸਾਈਡ ਤੇ ਆਉਂਦੇ ਤਾਂ ਇੱਥੋਂ ਸਿੱਧਾ ਹੀ ਲੰਘ ਜੂ ਸਾਈਡ ਤੇ। ਤਾਂ ਹੁਣ ਚੱਲਦੇ ਆ ਨਕੋਦਰ, ਪਹਿਲਾਂ ਦੂਜੀ ਸਾਈਡ ਦੀ ਲੰਘੇ ਸੀ ਤਾਂ ਇਹ ਸਾਰਾ ਤੁਹਾਨੂੰ ਨਕੋਦਰ ਸਾਈਡ ਦਿਖਾਵਾਂਗੇ। ਸਾਨੂੰ ਪਤਾ ਨਹੀਂ ਲੱਗੀ, ਭੁੱਲ ਗਏ ਸਾਨੂੰ ਆਹ ਮੁੰਡੇ ਦੀ ਯਾਦ ਆਇਆ।
ਚਲੋ ਕਰਮਾਂ ਦੇ ਵਿੱਚ ਹੈਗਾ ਸੀ ਨਕੋਦਰ ਜੰਡਿਆਲਾ ਨੂਰ ਮਹਿਲ ਜਲੰਧਰ ਕੈਂਟ ਨੂਰ ਮਹਿਲ ਵੀ ਮਸ਼ਹੂਰ ਹੈ ਨਾ ਹੋਰ ਪਤਾ ਨੀ ਕੀ ਨੂਰ ਮਹਿਲ ਸੁਣਿਆ ਮੈਂ ਨਾਮ ਜਾ ਮਾਹੌਲ ਹੀ ਕਲੰਬਰ ਬਣ ਗਿਆ ਪਹਾੜੀਆਂ ਵਾਲੀ ਫੀਲਿੰਗ ਆ ਰਹੀ ਹੈ ਪੂਰੀ ਦੇਖ ਸਕਦੇ ਹੋ ਰਾਹੀ ਜਮਾਂ ਪਹਾੜੀਆਂ ਵਾਲਾ ਬਣ ਗਿਆ ਨਕੋਦਰ ਸਿੱਧਾ ਹੀ ਰਹਿ ਗਿਆ ਫਗਵਾੜਾ ਕੈਂਟ ਇੱਧਰ ਨੂੰ ਸਾਈਡ ਤੇ ਮੋਗਾ ਜੰਡਿਆਲਾ ਨੂਰ ਮਹਿਲ ਸਿੱਧਾ ਇਹ ਸਾਰੀਆਂ ਸਿੱਧੀਆਂ ਨੇ ਇੱਧਰ ਨੂੰ ਰਹਿ ਗਿਆ ਨਾ ਦੇਖੋ ਤਾਂ ਚਰਸਤਾ ਚਰਸਤੇ ਨੂੰ ਸਿੱਧਾ ਚੱਲਦੇ ਆਪਾਂ ਚਾਰ ਵੱਜ ਕੇ ਨੌ ਮਿੰਟਾਂ ਤੇ ਬਾਰਿਸ਼ ਸ਼ੁਰੂ ਹੋ ਗਈ ਗਣੀਆਂ ਦੇਖ ਸਕਦੇ ਹੋ ਤੁਸੀਂ ਫਰੰਟ ਸੀਸੇ ਦੇ ਉੱਤੇ ਵਧੀਆ ਮੋਟੀ ਗਣੀ ਦਾ ਮੀਂਹ ਚੱਲ ਪਿਆ ਮੂਹਰੇ ਪੂਰਾ ਮੀਂਹ ਦਿਸ ਰਿਹਾ ਆਪਾਂ ਨੂੰ ਪੈਂਦਾ ਸੜਕ ਸਾਰੀ ਗਿੱਲੀ ਹੋ ਗਈ ਕਰ ਸਾਫ਼ ਦਿਖਾਈਏ ਮਾੜਾ ਜਿਹਾ ਦੇਖਣ ਵਾਲਿਆਂ ਨੂੰ ਤਾਂ ਜਦੋਂ ਕਿਤੇ ਸਫ਼ਰ ਤੇ ਆਏ ਹੋਈਏ ਰਸਤੇ ਦੇ ਵਿੱਚ ਮੀਂਹ ਪੈ ਜੇ ਧੁੱਪ ਜੜੀ ਦੇ ਵਿੱਚ ਤਾਂ ਸਿਆਉਣੇ ਦੇ ਸਾਗ ਗਲੀ ਗੱਲ ਹੋ ਜਾਂਦੀ ਹੈ ਮੌਸਮ ਠੰਡਾ ਗਿੱਦੜ ਤੇ ਗਿੱਦੜੀ ਦਾ ਵਿਆਹ ਹੁੰਦਾ ਕਹਿੰਦੇ ਇਹਦਾ ਪਤਾ ਨੀ ਭਾਈ ਕਿੰਨੀਆਂ ਕੁ ਗਿੱਦੜੀਆਂ ਨੇ ਕਿੰਨੇ ਕੁ ਗਿੱਦੜ ਇਹਦਾ ਆਈ ਵਾਰੀ ਕਹਿੰਦਾ ਤੇਰੇ ਊਂ ਪਰ ਐ ਵੀ ਕਣੀਆਂ ਜਦੋਂ ਪੈਣ ਲੱਗ ਜਾਂਦੇ ਨੇ ਮਾਹੌਲ ਠੰਡਾ ਹੋ ਜਾਂਦਾ ਮੌਸਮ ਪੂਰਾ ਇੱਕ ਨੰਬਰ 'ਚ ਮਾਹੌਲ ਬਣ ਜਾਂਦਾ ਇੱਕ ਲੰਬਰ 'ਚ ਕਣੀਆਂ ਸਾਨੂੰ ਰਸਤੇ ਰਸਤੇ ਜੀ ਮਿਲੀਆਂ ਨੇ ਅੱਗੇ ਆ ਕੇ ਮੀਂਹ ਹਟ ਗਿਆ ਪਿੱਛੇ ਪਿੱਛੇ ਮੀਂਹ ਆ ਸਾਈਡ ਤੇ ਰਹਿ ਗਿਆ ਲੁਧਿਆਣੇ ਸਾਈਡ ਤੇ ਮੀਂਹ ਰਹਿ ਗਿਆ ਇੱਧਰ ਹੈ ਹੀ ਨਹੀਂ ਕਣੀਆਂ ਸਾਫ਼ ਹੀ ਹੋ ਗਿਆ ਮੌਸਮ ਦੇਖੋ ਕੁਦਰਤ ਦਾ ਕਰਿਸ਼ਮਾ ਇੱਥੇ ਮੀਂਹ ਫੁੱਲ ਦੇਖਣ ਨੂੰ ਮਿਲੂ ਪਿੱਛੇ ਮੀਂਹ ਹੈ ਨਹੀਂ ਸੀ ਸਾਈਡ ਸਾਈਡ ਜਿੱਦਾਂ ਮੀਂਹ ਪੈਂਦਾ ਪੈਂਦਾ ਲੰਘ ਗਿਆ ਦੇਖੋ ਉਰੇ ਪਾਣੀ ਖੜਾ ਸਾਰੀ ਸੜਕ ਗਿੱਲੀ ਹੋਈ ਪਈ ਸਾਈਡਾਂ ਤੇ ਵੀ ਸਾਨੂੰ ਪਾਣੀ ਦੇਖਣ ਨੂੰ ਮਿਲੂ ਪਰ ਪਿੱਛੇ ਹੈ ਨਹੀਂ ਸੀ ਉਦੋਂ ਪਿੱਛੇ ਜਾ ਕੇ ਕਣੀਆਂ ਵਧੀਆ ਆ ਗਈਆਂ ਸੀ ਇੱਥੇ ਪਹਿਲਾਂ ਮੀਂਹ ਪੈ ਰਿਹਾ ਇਹ ਸਾਈਡ ਸਾਈਡ ਜਿਹਦੀ ਲੰਘ ਗਿਆ ਨਾ ਹਾਂਜੀ ਆਪਾਂ ਕਰੋ ਬਈ ਸੰਗਤ ਦੇ ਦਰਸ਼ਨ ਲਾਡੀ ਸ਼ਾਹੀ ਮੁਰਾਦ ਸ਼ਾਹ ਦੇ ਡੇਰੇ ਤੇ ਪਹੁੰਚੇ ਆਪਾਂ ਨਕੋਦਰ ਵੀਰਵਾਰ ਦਾ ਦਿਨ ਹੈ 31 ਤਰੀਕ 8ਵੇਂ ਮਹੀਨੇ ਦੀ ਅੰਦਰ ਤੁਹਾਨੂੰ ਡੇਰੇ ਦੇ ਦਰਸ਼ਨ ਕਰਾਵਾਂਗੇ ਬਾਹਰ ਤੁਸੀਂ ਦੁਕਾਨਾਂ ਲੱਗੀਆਂ ਦੇਖ ਸਕਦੇ ਹੋ ਬਹੁਤ ਮੇਲਾ ਭਰਦਾ 25 ਤਰੀਕ ਨੂੰ ਮੇਲਾ ਭਰਿਆ ਸੀ ਇੱਥੇ ਬਹੁਤ ਵੱਡਾ ਮੇਲਾ ਸੀ 25 ਤਰੀਕ ਵਾਲੇ ਦਿਨ ਤਾਂ ਹੁਣ ਵੀਰਵਾਰ ਹਰ ਵੀਰਵਾਰ ਨੂੰ ਇੰਨਾ ਕੁ ਇਕੱਠ ਹੁੰਦਾ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤ ਆਉਂਦੀ ਹੈ ਬਹੁਤ ਦਰਸ਼ਨ ਕਰਨ ਆਉਂਦੇ ਨੇ ਬਹੁਤ ਇਕੱਠ ਹੁੰਦਾ ਬਹੁਤ ਲੋਕਾਂ ਨੂੰ ਸ਼ਰਧਾ ਤੁਸੀਂ ਦੇਖ ਸਕਦੇ ਹੋ ਬਾਕੀ ਪੰਡਾਲ ਲੱਗੇ ਹੋਏ ਨੇ ਇੱਧਰ ਬਹੁਤ ਵੱਡਾ ਇਕੱਠਾ ਦੇਖੋ ਹਾਂ ਬਈ ਸੰਗਤ ਆ ਰਹੀ ਹੈ ਨਕੋਦਰ ਆਏ ਹੋ ਬਾਈ ਤੁਸੀਂ ਹਾਂਜੀ ਬਾਈ ਜੀ ਤੁਸੀਂ ਅਸੀਂ ਵੀ ਨਕੋਦਰ ਆਏ ਹਾਂ ਇੱਧਰ ਜੋੜਾ ਘਰ ਬਣਿਆ ਹੋਇਆ ਬਹੁਤ ਵੱਡਾ ਥਾਰ ਬਣਿਆ ਹੋਇਆ ਸਾਹਮਣੇ ਲਾਡੀ ਸ਼ਾਹੀ ਮੁਰਾਦ ਸ਼ਾਹ ਦਾ ਡੇਰਾ ਢੋਲ ਵੱਜ ਰਹੇ ਨੇ ਪੂਰੀਆਂ ਰੌਣਕ ਮੇਲੇ ਨੇ ਮਿੱਤਰੋ ਦੇਖੋ ਤੁਸੀਂ ਸੰਗਤ ਬਹੁਤ ਆਉਂਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਰਸ਼ਨ ਕਰਨ ਇੱਥੇ ਸੰਗਤ ਆਉਂਦੀ ਹੈ ਜੈ ਬਾਬਾ ਮੁਰਾਦ ਸ਼ਾਹ ਜੀ ਦਾ ਮੇਨ ਗੇਟ ਉਹ ਮੇਨ ਗੇਟ ਜਾਣਾ ਕਿ ਆਹੀ ਜਾਣਾ ਆਪਾਂ ਆਹੀ ਜਾਣਾ ਹੈ ਨਾ ਚਲੋ ਚੱਲਦੇ ਅੰਦਰ ਮੱਥਾ ਦੇਖੋ ਦੇਖੋ ਵੀ ਬਾਬਾ ਮੁਰਾਦ ਸ਼ਾਹ ਜੀ ਦਾ ਡੇਰਾ ਲੈ ਵੀ ਸੰਗਤ ਤੁਸੀਂ ਦੇਖ ਸਕਦੇ ਹੋ ਮੱਥਾ ਟੇਕਦੀ ਹੋਈ ਤਾਂ ਇਹ ਦਰਵਾਜ਼ੇ ਅੰਦਰੋਂ ਦੇਖੋ ਵਿਊ ਚੜਾਊਗਾ
ਲੋ ਵੀ ਮਿੱਤਰੋ ਆਪਾਂ ਨਕੋਦਰ ਬਾਬਾ ਮੁਰਾਦ ਸ਼ਾਹ ਆਪਾਂ ਲਾਡੀ ਸ਼ਾਹ ਦੇ ਡੇਰੇ ਤੇ ਨਤਮਸਤਕ ਹੋ ਗਏ ਸੰਗਤ ਬਹੁਤ ਸੀ ਪ੍ਰਸ਼ਾਦ ਵੀ ਬਹੁਤ ਵਧੀਆ ਮਿਲਿਆ ਚੌਲਾਂ ਦਾ ਵੀ ਤੇ ਬਰਫੀ ਕਹਿੰਦੀ ਸੀ ਬੇਸਣ ਬੇਸਣ ਦੀ ਬਰਫੀ ਇਕੱਠ ਬਹੁਤ ਸੀ ਵਧੀਆ ਦਰਸ਼ਨ ਮੇਲੇ ਹੋਏ ਬਹੁਤ ਵਧੀਆ ਅੱਜ ਸਭਾ ਬਣਿਆ ਬਸ ਬਾਬਾ ਜੀ ਟੇਕ ਆਏ ਮੱਥਾ ਸੀ ਦੇਖੋ ਖੋਲ ਕੇ ਕਰਾ ਦੇ ਆਪਾਂ ਨੂੰ ਫਰਕ ਨਹੀਂ ਪੈਂਦਾ ਜਾਲਾ ਲਓ ਵੀ ਕਰੋ ਪ੍ਰਸ਼ਾਦ ਦੇ ਦਰਸ਼ਨ ਚਾਵਲ ਦਾਖਾਂ ਕਾਜੂ ਬਦਾਮਾਂ ਨਾਲ ਕਿਵੇਂ ਕੀ ਕਹਿਣਾ ਮੈਂ ਕਹਿੰਦਾ ਜੀ ਕਲੰਬਰ ਪ੍ਰਸਾਦ ਮੈਂ ਕਹਿੰਦਾ ਸਿਰੇ ਹੀ ਲੱਗ ਗਿਆ ਤਾਂ ਅੱਜ ਮੱਥਾ ਟੇਕਣ ਦਾ ਮਾਹੌਲ ਬਣ ਗਿਆ ਸਿੱਧਾ ਲੰਘੇ ਸੀ ਤਾਂ ਫਿਰ ਉੱਥੋਂ ਜਾ ਕੇ ਯਾਦ ਆਇਆ ਵੀ ਆਪਾਂ ਨਕੋਦਰ ਜਾਣਾ ਸੀ ਬਾਬਾ ਮੁਰਾਦ ਸ਼ਾਹ ਤੇ ਬਾਬਾ ਲਾਡੀ ਸ਼ਾਹ ਦੇ ਡੇਰੇ ਤੇ ਤਾਂ ਜਾ ਕੇ ਆਪਾਂ ਨਤਮਸਤਕ ਹੋਏ ਬਹੁਤ ਵਧੀਆ ਲੱਗਿਆ ਦੂਜੀ ਵਾਰ ਆਏ ਹਾਂ ਜ਼ਿੰਦਗੀ 'ਚ ਪਹਿਲਾਂ ਬਹੁਤ ਟਾਈਮ ਪਹਿਲਾਂ ਆਏ ਸੀਗੇ ਅੱਜ ਵੀਰਵਾਰ ਸੀ ਵੀਰਵਾਰ ਕਰਕੇ ਆਪਾਂ ਆਏ ਹਾਂ ਕਿਉਂ ਅੱਜ ਸਵੇਰੇ ਮਨ 'ਚ ਸੀਗਾ ਵੀ ਆਪਾਂ ਜਾ ਕੇ ਆਉਣਾ ਆਉਂਦੇ ਹੋਏ ਭੁੱਲ ਗਏ ਅਤੇ ਫਿਰ ਸਾਡੇ ਯਾਦ ਆ ਗਿਆ ਤਾਂ ਆਪਾਂ ਆ ਗਏ ਤਾਂ ਬਹੁਤ ਵਧੀਆ ਲੱਗਿਆ ਬਾਕੀ ਬਲੌਗ 'ਚ ਤੁਸੀਂ ਦੱਸ ਦਿਓ ਕਿਵੇਂ ਲੱਗਿਆ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਹੁਣ ਪਾਉਣੇ ਆਪਾਂ ਨਕੋਦਰ ਤੋਂ ਚੱਲੇ ਸੋ ਨਕੋਦਰ ਤੋਂ ਆਪਾਂ ਤੁਰਦੇ ਕਿੰਨੇ ਵੱਜ ਗਏ ਪੌਣੇ 6 ਹੋ ਗਏ ਹਨਾ 5 ਵੱਜ ਕੇ 44 ਮਿੰਟ ਹੋ ਗਏ ਦਰਸ਼ਨ ਮੇਲੇ ਬਹੁਤ ਸੋਹਣੇ ਹੋਏ ਨੇ ਬਹੁਤ ਸੋਹਣਾ ਪ੍ਰਸਾਦ ਮਿਲਿਆ ਮਨ ਖੁਸ਼ ਹੋ ਗਿਆ ਰੂਹ ਖੁਸ਼ ਹੋ ਗਈ ਵੀਰਵਾਰ ਦਾ ਦਿਨ ਸੀ ਸਵੇਰੇ ਸੀਗਾ ਮਨ 'ਚ ਆਉਣ ਦਾ ਪਰ ਆਉਂਦੇ ਆਉਂਦੇ ਸਬੱਬ ਬਣੀ ਗਿਆ ਸਾਦੀ ਲਏ ਮਾਲਕ ਨੇ ਸੋ ਇੱਕ ਵਾਰੀ ਜ਼ਰੂਰ ਆ ਕੇ ਦਰਸ਼ਨ ਕਰਿਓ ਬਹੁਤ ਸਕੂਨ ਮਿਲਦਾ ਇੱਥੋਂ ਦੀ ਬਾਲਾ ਕਮਾ ਕੇ ਲਿਆਉ ਇਹ ਮਿੱਠੀਏ ਇੱਥੋਂ ਪੁੱਛ ਮੜਾ ਯਾਰ ਬਾਹਰ ਦੀ ਘੁੰਮ ਕੇ ਅਸੀਂ ਗਏ ਨਾ ਪਹਿਲਾਂ ਦੇਖੋ ਬਾਬਾ ਬਿੱਕੀ ਸ਼ਾਹ ਦਾ ਡੇਰਾ ਇੱਧਰਲੀ ਸਾਈਡ ਰਹਿ ਗਿਆ ਅਤੇ ਬਾਬਾ ਅਮਰਾ ਸ਼ਾਹ ਦੇ ਡੇਰ ਜਾਇਆ ਹੈ ਬਾਕੀ ਇੱਥੇ ਮਾਹੌਲ ਇੱਕ ਨੰਬਰ 'ਚ ਹੈ ਅਤੇ ਸਾਨੂੰ ਸੰਗਤ ਬਹੁਤ ਆਈ ਜਾਂਦੀ ਹੈ ਬਹੁਤ ਜਾਈ ਜਾਂਦੀ ਹੈ ਗੱਡੀਆਂ ਭਰ ਕੇ ਆਉਂਦੇ ਨੇ ਗੱਡੀਆਂ ਭਰ ਕੇ ਸੰਗਤ ਜਾਂਦੀ ਹੈ ਬਈ ਡੇਰੇ 'ਚ ਸਕੂਨ ਵੀ ਬਹੁਤ ਆ ਹੈ ਨਾ ਸ਼ਾਂਤੀ ਬਹੁਤ ਆ ਮੀਂਹ ਦਾ ਪਾਣੀ ਚੱਲਦਾ ਬਹੁਤ ਵੱਡਾ ਦਰਿਆ ਜਾ ਇਹ ਕਾਫੀ ਹੈ ਇੱਧਰ ਵੀ ਦੇਖ ਸਕਦੇ ਤੁਸੀਂ ਠੀਕ ਹੈ ਬਹੁਤ ਪਾਣੀ ਚੱਲਦਾ ਕਿਸੇ ਟਾਈਮ ਇਹ ਜ਼ਿਆਦਾ ਭਰ ਕੇ ਚੱਲਦਾ ਸੀਗਾ ਪਰ ਹੁਣ ਇਹ 'ਚ ਪਾਣੀ ਸੀਮਤ ਹੀ ਹੈ ਇੰਨਾ ਕੁ ਪਾਣੀ ਇਹ 'ਚ ਰਹਿੰਦਾ ਹੀ ਹੋਊਗਾ ਬਾਰਿਸ਼ ਦਾ ਪਾਣੀ ਹੈ ਹੋ ਸਕਦਾ ਵੀ ਇਹ ਸਤਲੁਜ ਦਰਿਆ 'ਚ ਆਉਂਦਾ ਤਾਂ ਦੇਖੋ ਪਾਣੀ ਪੂਰਾ ਫੁੱਲ ਹੈ ਬਹੁਤ ਵੱਡਾ ਦਰਿਆ ਦੇ ਪੁਲ ਵੀ ਬਹੁਤ ਵੱਡਾ ਬਣਿਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਕਾਫੀ ਹੈ ਕਿਉਂਕਿ ਇਹਦੀ ਚੜ੍ਹਾਈ ਕਰਕੇ ਨਹੀਂ ਪਤਾ ਲੱਗ ਰਿਹਾ ਜੇ ਆਪਾਂ ਨੋਰਮਲ ਆਮ ਨਦੀ ਦੇ ਵਿੱਚ ਦੇਖੀਏ ਤਾਂ ਨਦੀ ਦੇ ਵਿੱਚ ਇਹਦਾ ਪਾਣੀ ਕੰਟਰੋਲ ਨਹੀਂ ਹੋਣਾ ਇੰਨੀ ਚੌੜੀ ਨਹਿਰ ਹੈ ਇਹ ਦਰਿਆ ਹੀ ਕਹਿ ਸਕਦੇ ਆਪਾਂ ਨਹਿਰ ਵੀ ਨਹੀਂ ਤਾਂ ਪਾਣੀ ਇਹਦਾ ਬਹੁਤ ਉੱਪਰ ਦੀ ਚੱਲਿਆ ਹੋਇਆ ਨਿਸ਼ਾਨੀਆਂ ਦੀਆਂ ਨੇ ਕਿਉਂਕਿ ਦਰੱਖਤ ਪੀਲੇ ਹੋਏ ਪਏ ਨੇ ਦੇਖੋ ਇਹ ਕਿਹੜਾ ਦਰਿਆ ਹੋਇਆ ਬਈ ਹੈ ਦੇਖੋ ਇਹ ਤਾਂ ਜਗਰਾਓਂ ਕੋਲੇ ਪੈਂਦਾ ਇਹ ਤੁਸੀਂ ਹਾਂ ਜਗਰਾਓਂ ਕੋਲੇ ਪੈਂਦਾ ਹੁਣ ਇਹਦਾ ਸਾਨੂੰ ਨਾਮ ਨਹੀਂ ਪਤਾ ਕਨਫਰਮ ਵੀ ਕੀ ਆ ਇਹ ਕਿਹੜਾ ਦਰਿਆ ਇਹ ਤੁਸੀਂ ਦੇਖੋ ਪਰ ਪਾਣੀ ਬਹੁਤ ਚੱਲ ਰਿਹਾ ਇਦੋਂ ਪਹਿਲਾਂ ਇਹ ਪੂਰਾ ਭਰ ਕੇ ਚੱਲਿਆ ਹੋਇਆ ਸਾਰਾ ਪਾਣੀ ਤੁਸੀਂ ਦੇਖ ਸਕਦੇ ਹੋ ਵੀ ਤਰਕਿਆ ਹੋਇਆ ਮਲਬਾ ਮੁਲਬਾ ਢੇਰ ਲੱਗੇ ਪਏ ਨੇ ਦਰਖਤਾਂ ਦਰੁਖਤਾਂ ਇਹਦੇ ਦੇਖੋ ਸਾਰਾ ਉੱਤੋਂ ਦੀ ਪਾਣੀ ਚੱਲਿਆ ਹੋਇਆ ਜਦੋਂ ਪਾਣੀ ਆਇਆ ਸੀਗਾ ਕਾਫੀ ਚੱਲਿਆ ਪਰ ਇਹਦੀ ਚੜ੍ਹਾਈ ਬਹੁਤ ਹੈ ਤਾਂ ਕਰਕੇ ਪਾਣੀ ਇਹਦੇ ਵਿੱਚ ਕੰਟਰੋਲ ਹੋ ਜਾਂਦਾ ਹੋਊਗਾ ਘੱਗਰ ਦੇ ਮੁਕਾਬਲੇ ਤਾਂ ਇਹ ਚੌਗਣਾ ਚੌੜਾ ਹੋਊ ਕਿਉਂਕਿ ਚੜ੍ਹਾਈ ਬਹੁਤ ਆ ਤੁਸੀਂ ਦੇਖ ਸਕਦੇ ਹੋ ਪਾਣੀ ਬਹੁਤ ਆ ਰਿਹਾ ਪਿੱਛੋਂ ਜੀ ਆਹ ਸਾਰਾ ਭਰ ਕੇ ਚੱਲਿਆ ਹੋਇਆ ਇੱਥੋਂ ਤਾਂ ਹੁਣ ਖਾਲੀ ਲੱਗਦਾ ਵਿੱਚੋਂ ਜਿੱਥੇ ਮਲਬਾ ਆਇਆ ਹੋਇਆ ਮਲਬੇ ਦੇ ਢੇਰ ਲੱਗ ਕੇ ਪਾਣੀ ਨਾਲ ਤਰਕਿਆ ਹੋਇਆ ਸਾਰਾ ਪਹਾੜਾਂ ਦਾ ਮਲਬਾ ਦੇਖ ਸਕਦੇ ਤੁਸੀਂ ਲਾਲ ਲਾਲ ਰੰਗ ਦੀ ਮਿੱਟੀ ਹੈ ਇਹ ਕਾਫੀ ਦਰਖਤ ਹੋਰ ਘਾਹ ਫੂਸ ਬਹੁਤ ਮਲਬੇ ਦੇ ਢੇਰ ਲੱਗੇ ਪਏ ਨੇ ਮਿੱਤਰੋ ਤੁਸੀਂ ਦੇਖੋ ਇਹਦੀ ਚੜ੍ਹਾਈ ਅਜੇ ਖਤਮ ਨਹੀਂ ਹੋ ਰਹੀ ਸਾਈਡਾਂ 'ਤੇ ਚੱਲ ਰਿਹਾ ਵਿਚਾਲੇ ਦੇ ਮਲਬੇ ਦੇ ਢੇਰ ਲੱਗੇ ਪਏ ਨੇ ਚੱਲਿਆ ਹੋਇਆ ਤਾਂ ਬਹੁਤ ਪਾਣੀ ਵਗਿਆ ਹੋਊ ਇਹਦੇ ਵਿੱਚ ਉਸ ਟਾਈਮ ਜਦੋਂ ਪਾਣੀ ਆਇਆ ਸੀ ਹੈ ਬਾਈ ਹਾਂ ਜ਼ਿਆਦਾ ਹੋ ਬਹੁਤ ਚੜ੍ਹਾਈ ਹੈ ਇਹਦੀ ਨਜਾਇਜ਼ ਹੀ ਹੈ ਦੇਖਦੇ ਹੋ
डिनर करते हैं क्योंकि सवेर की रोटी खाधी हुई है, सवेर का खाना खाधा होया। उस तो बाद जाके अपना जिथे वीडियो शूट करी थी दो समोसे उत्थे खाधे थे, उस बाद कुछ नहीं खाधा पीता होया। तो हम भुख लगी जाके रेस्टोरेंट से आप खाना खाने, उस तो बाद देखते हैं भी की बनता, किन्ने बजे पिंड पहुंचे। पौने सत्त पौने अठ हो गए, अठ सवा अठ आप इतने हो जाने। तो उदू बाद मेरे ख्याल से भी 9 बज जाएंगे पिंड जाते, हजे पिंड अपना बहुत दूर है, घट्टो घट 60-65 किलोमीटर रहेगा गा। घंटे की बाट तो सीधी हैगी, अद्धा घंटा इतने लग जू, बस उ पहुंचागे 9 के नेड़े तेड़े। आज जा ढक्कन जा फिर लगे यार अपना ढक्कन जा आ जाओ रेडी हो कर दो शुरू रेडिया करो शुरू भाई अपना डांस डूंस। ट्रैक्टर वाले भी डिनर कर देने, देखो इतने ये आ पंजाबीयत। चलो देखते हैं की कुछ मिलू कर ऑर्डर करिए। ऑर्डर करता भाई मैं कहना तुसी करो, नहीं सानू इन्नी नॉलेज नहीं ना। देख मैं भी देसी बंदा ही हां, मैं भी कदे खाता देसी बंदे ही देसी खाना ऑर्डर करता हुंदा। दसिया हां ये तो मेनू इन्हां दा दूजा लगदा अंग्रेज खाना लगदा इन्हां दा। आ भी अंग्रेजी आ, आ अंग्रेजी आ गया बंदा। आ अपना मित्र आ गया, ये ऑर्डर लेके आओ। चल भाई कर दे की करिए यार, मुछा मुछा मरोड़ ला पहला। आहो मुछा जरूरी ने, देखो दसो फिर की खाना पसंद करोगे, कादे च खाइए अपना कोई पनीर चाहिए कोई दाल च कि कोई सब्जी चंगा हो चंगा हो मिक्स वेज मंगा लिए चंगी हो रुखानी वे तो मंदी ना हो ना मंदी नहीं होगी। बोलो मित्र ਜਗੰਦਰ ਲਗਾ ਰ ਦੇਖ ਹੁਣ ਨਹੀਂ ਦੇਖਦਾ ਇੱਕ ਤੋਂ ਸਿਲੈਕਟ ਨਹੀਂ ਹੋਣਾ ਦੂਜਾ ਮੁੰਡਾ ਕਰ ਨੀਰ ਵਾਲਾ ਕਰ ਲਾ ਬਸ ਪਿੱਛੇ ਨੀਰ ਵਾਲਾ ਕਰ ਤੇ ਬਾਕੀ ਤੁਸੀਂ ਦੇਖ ਆਰਡਰ ਦੱਸੋ। ਇੱਥੇ ਸਾਡੇ ਬੰਦੇ ਨੇ ਟੱਡੇ ਗੁੱਟਰ ਕੰਪਿਊਟਰ ਨੂੰ ਕਰਦਾ ਓਏ ਖਾਲੀ ਪਲੇਟਾਂ ਧਰਤੀ ਲੈ ਕੇ ਸੋਹ ਲੱਗੇ ਮੈਨੂੰ ਤਾਂ ਐ ਹੋਇਆ ਪਿਆ ਵੀ ਹੁਣ ਅੰਦਰ ਵੜ ਜਾ ਰਸੋਈ ਦੇ ਇੰਨਾ ਹੀ ਦੇ ਸੋਹ ਲੱਗੇ ਹੋਰ ਬੰਦੀ ਵੜ ਲਾ ਪਲੇਟ ਦੇ ਪਲੇਟ ਦਾ ਖਾ ਜੀਏ ਮੇਰੇ ਸਾਲੇ ਦੀ ਗੱਲ ਕਰ ਤੈਨੂੰ ਪਤਾ ਫਿਰ ਅੰਦਰ ਔਖਾ ਹੂੰ ਨਹੀਂ ਔਖੇ ਵੀ ਆਪ ਹੀ ਹੋਵਾਂਗੇ ਹੋਰ ਤੂੰ ਕੀ ਕਹਿੰਦਾ ਪਾਣੀ ਪੀਪੀ ਸਾਰੀ ਹੈ ਨਾ ਅਜੇ ਤਾਂ ਬੋਤਲ ਵੀ ਚਾਹੀਦਾ ਢੱਕਣ ਦੀ ਪੈ ਹੱਥ ਉਹ ਪਲੇਟਾਂ ਬਹੁਤ ਸੋਹਣੀਆਂ ਨੇ ਕੌਲੀਆਂ ਜੀ ਨਾ ਉਹ ਹਾਂ ਗੱਲ ਸਹੀ ਆ ਇੰਨੀ ਭੁੱਖ ਲੱਗੀ ਵੀ ਨਾ ਆਪਾਂ ਭਰੀ ਲਈਏ ਯਾਰ ਇੱਕ ਦੋ ਹਨਾ ਜੇ ਮਿਲਦੀ ਜੇ ਪਰ ਦੇਖੀਏ ਵੀ ਯਾਰ ਉਹ ਕਿੰਨਾ ਕੁ ਕੀ ਸਮਾਨ ਲੈ ਕੇ ਆਉਂਦੇ ਨੇ ਹਨਾ ਔਖਾ ਬਈ ਯਾਰ ਇੰਨੀ ਭੁੱਖ ਰੋਕਣੀ ਕੰਟਰੋਲ ਕਿਵੇਂ ਕਰੀ ਬੈਠਾ ਤੂੰ ਜੀ ਪਤਾ ਨਹੀਂ ਆਊਟ ਆਫ ਕੰਟਰੋਲ ਕਿਉਂ ਨਹੀਂ ਹੋਇਆ ਪਿਆ ਕੰਮ ਭੁੱਖ ਜ਼ਿਆਦਾ ਲੱਗੀ ਪਈ ਆ ਬਸ ਉਹਨੂੰ ਕਹਿ ਦਿੰਦੇ ਵੀ ਸਾਨੂੰ ਅਗਲੇ ਢਾਬੇ ਤੇ ਆਰਡਰ ਦੇ ਦਿੰਦੇ ਸੀ ਉਹ ਤਿਆਰ ਹੋ ਕੇ ਆ ਕੇ ਜਾਂਦੇ ਆ ਆਹੋ ਇਹ ਕਹਿਣਾ ਭੁੱਖ ਹੋਰ ਸਵਾ 8 ਹੋ ਗਏ ਮਿੱਤਰੋ ਅੱਖੀਆਂ ਉਡੀਕ ਰਹੀਆਂ ਨੇ ਹੈਨਾ ਆ ਜਾਵੇ ਮਾਹੀ ਤੈਨੂੰ ਅੱਖੀਆਂ ਉਡੀਕ ਰਹੀ ਦਿਲ ਵੱਜਾ ਮਾਰਦਾ ਹਾਂ ਨਾ ਹੁਣ ਤਾਂ ਢਿੱਡੀ ਮਾਰਦਾ ਹੋਈ ਕੰਨ ਦੇ ਦਿਲ ਤੋਂ ਹੋਰ ਦਿਲ ਤੋਂ ਸਹੀ ਗੱਲ ਆ ਕੀ ਗੱਲ ਹੋਰ ਦਿਲ ਤੋਂ ਤਾਂ ਕੰਟਰੋਲ ਥੱਲੇ ਲੱਗ ਗਿਆ ਦਿਲ ਤਾਂ ਜਦ ਸਹਿ ਜਾਂਦਾ ਢਿੱਡ ਨਹੀਂ ਸਹਿਦਾ ਹੁਣ ਤਾਂ ਕੀ ਢਿੱਡ ਦਾ ਤਾਂ ਔਖਾ ਫਿਰ ਇਹਦਾ ਹੱਲ ਕੀ ਹੋ ਗਈ ਹੱਲ ਤਾਂ ਹੁਣ ਤੈਨੂੰ ਪਤਾ ਉਹ ਮੁੰਡਾ ਹੀ ਕਰ ਸਕਦਾ ਜਿਹੜਾ ਆਇਆ ਸੀ ਲੈ ਕੇ ਪਲੇਟ ਦਿਲ ਨੂੰ ਤਾਂ ਸਮਝਾਇਆ ਜਾ ਸਕਦਾ ਢਿੱਡ ਨਹੀਂ ਇਹਦਾ ਕੀ ਇਲਾਜ ਹੋ ਗਿਆ ਇਹਦਾ ਕੀ ਹੱਲ ਹੋ ਗਿਆ ਹਾਏ ਹੋਏ ਸਾਨੂੰ ਆ ਗਿਆ ਓਏ ਮੁੰਡਾ ਮੈਨੂੰ ਲੱਗਦਾ ਲੇਖੇ ਮੜ ਮੜ ਹੁਣ ਤਾਂ ਜੀ ਮੁੰਡੇ ਦੀ ਉਹ ਤਾਂ ਉਧਰ ਵਗ ਗਿਆ ਯਾਰ ਆਪਣੇ ਨਾਲ ਕੋਈ ਬੈਰ ਬੂਰ ਲੱਗਦਾ ਜਿਹਦੇ ਹਿਸਾਬ ਨਾਲ ਮੈਨੂੰ ਲੱਗਦਾ ਆ ਕਰੇ ਬਸ ਤਰ ਕੇ ਗਿਆ ਹੋਰ ਯਾਰ ਇਹ ਵੀ ਬਸ ਤਰਸੀ ਜੇ ਜਾਣ ਪਹਿਲਾਂ ਕਿ ਨਹੀਂ ਬੱਬੀ ਪਾਟੀ ਅੰਦਰ ਭੁੱਖੀ ਨਹੀਂ ਹੈ ਕਹਿੰਦੇ ਨੌ ਵੀ ਨਹੀਂ ਸਹੀ ਆ ਰਿਹਾ ਹੋਰ ਯਾਰ ਪਰ ਜਿੱਤਨ ਹੋ ਸਕਦਾ ਜਦੋਂ ਇਹਨਾਂ ਨੇ ਚੀਜ਼ ਲਿਆਂਦੀ ਨਾ ਕੋਕਾ ਬਣਾ ਕੇ ਲੱਭੀ ਕੋਕਾ ਸਰਾ देख दे
ਜਾਂ ਵੀਲਿੰਗ ਜੀ ਲੈ ਲੈਨੇ ਆ ਚਮਚਿਆਂ ਨਾਲ ਚਾਰ ਪਾਲਾ ਵਿੱਚ ਸੰਦਾ ਨਹੀਂ ਮੈਂ ਸੌਂਪ ਜੀ ਇਹੀ ਘੁਮਾ ਦਾਨੇ ਆ ਗੱਲ ਕਰ ਚਾਰ ਨੂੰ ਖਾ ਲਈ ਮਿੱਠਾ ਜਿਹਾ ਨਹੀਂ ਖਾਣ ਨੂੰ ਤਾਂ ਕਰਾਰਾ ਜਿਹਾ ਬਸ ਰੋਟੀ ਦਾ ਜੀ ਕਰ ਰਿਹਾ ਵੀ ਫੁੱਲ ਖਾ ਲਈਏ ਯਾਰ ਅੜਕ ਲਈਏ ਫੁੱਲ ਹਨਾ ਕੱਢ ਦਈਏ ਘਰ ਕੀ ਬਣੂ ਦੁਨੀਆ ਦਾ ਕਹਿੰਦਾ ਹੋਰ ਯਾਰ ਢਿੱਡ ਬਿਨਾ ਵੀ ਗੁਜ਼ਾਰਾ ਔਖਾ ਔਖਾ फिर देख लांगे जो ओके हो गया फिर देख लांगे खा लिये डिसीजन मौके का ठंडा हो जाऊ यार समान नहीं चलो फिर मैं तो कहना दस मिनट वेट कर लो वेट करनी है वेट तो हम चलो